ਮੇਰੇ ਮਹਿਬੂਬ ਯਾਦ ਕਰੋ ਨਾ ਗਾਰ ਦੇ ਅੰਦਰ ਜਦੋਂ ਤੁਸੀਂ ਆਪਣੇ ਯਾਰ ਨਾਲ ਬੈਠੇ ਹੋਏ ਸੋ ਔਰ ਅਬੂ ਬਕਰ ਤੁਹਾਨੂੰ ਪੈ ਕਹਿੰਦੇ ਸਰ ਕਮਲੀ ਵਾਲੇ ਆ ਪਕੜੇ ਗਏ ਆ ਦੁਸ਼ਮਣ ਆ ਗਿਆ ਵੇ ਔਰ ਤੂੰ ਅਬੂ ਬਕਰ ਨੂੰ ਤਸਲੀਆਂ ਪਿਆ ਦਿੰਦਾ ਸੇ ਮਹਬੂਬਾ ਉਹ ਵੇਲਾ ਯਾਦ ਕਰਨਾ ਜਦੋਂ ਅਬੂ ਬਕਰ ਨੂੰ ਤਸੱਲੀ ਦੇ ਰਹੇ ਸੋ ਉਹ ਮੇਰੇ ਸੋਹਣੇ ਅਬੂ ਬਕਰ ਘਬਰਾ ਨਹੀਂ ਸਾਡਾ ਰੱਬ ਸਾਡੇ ਨਾਲ ਏ ਸਾਡਾ ਅੱਲਾ ਸਾਡੇ ਨਾਲ ਏ ਉਹ ਪਿਆਰੇ ਅਬੂ ਬਕਰ ਜਿਨ੍ਹਾਂ ਦੇ ਮੁਤਲਿਕ ਰਸੂਲੁੱਲਾ ਨੇ ਕਿਹਾ ਲੋਗੋ ਸਾਰੀ ਦੁਨੀਆ ਦੇ ਇਹਸਾਨਾਂ ਦਾ ਬਦਲਾ ਦੇ ਕੇ ਜਾ ਰਿਹਾ ਵਾਂ ਲੇਕਿਨ ਤੁਹਾਡੇ ਵਿੱਚ ਇੱਕ ਬੰਦਾ ਹੋਵੇ ਜਿਹਦੇ ਇਹਸਾਨਾਂ ਦਾ ਬਦਲਾ ਕਿਆਮਤ ਵਾਲੇ ਦਿਨ ਮੇਰਾ ਰੱਬ ਚੁਕਾਏਗਾ ਕਮਲੀ ਵਾਲੇ ਆਓ ਕੌਣ ਏ ਫਰਮਾਇਆ ਉਹ ਮੇਰਾ ਸੋਹਣਾ ਅਬੂ ਬਕਰ ਸਿੱਦੀਕ ਏ ਅਬੂ ਬਕਰ ਕਹਿੰਦੇ ਨੇ ਜਿਹਨੇ ਇੱਕ ਦਿਰਹਮ ਖਰਚ ਕੀਤਾ ਕਿਆਮਤ ਵਾਲੇ ਦਿਨ ਜੰਨਤ ਵਿੱਚ ਮੇਰੇ ਨਾਲ ਹੋਵੇਗਾ ਇਧਰ ਸਰਕਾਰ ਉਮਰ ਦਾ ਦਰਬਾਰ ਏ ਜੁਨਾਬੀ ਉਮਰ ਕਹਿੰਦੇ ਨੇ ਲੋਗੋ ਮੇਰੇ ਕਰੀਮ ਨਬੀ ਦੇ ਮੀਲਾਦ ਵਿੱਚ ਜਿਹੜਾ ਹਿੱਸੇਦਾਰ ਬਣਿਆ ਵੇ ਸ਼ਰਾਕਤ ਉਹਨੇ ਕੀਤੀ ਏ ਉਮਰ ਦੇ ਨਜ਼ਦੀਕ ਉਹਨੇ ਇਸਲਾਮ ਨੂੰ ਜ਼ਿੰਦਾ ਫਰਮਾਇਆ ਵੇ ਇਹ ਤੱਕ ਉਹਨੇ ਇਸਲਾਮ ਜ਼ਿੰਦਾ ਹੋਣਾ ਇਸ ਵਕਤ ਅਗਰ ਅਸੀਂ ਮਹਿਫਲੇ ਮਿਲਾਦ ਵਿੱਚ ਨਾ ਹੋਵਾਂ ਵਾ ਤਾਂ ਕਿਸੇ ਹੋਟਲ 'ਤੇ ਦੁਕਾਨ 'ਤੇ ਮਕਾਨ 'ਤੇ ਕਿਸੇ ਠੇਗੇ 'ਤੇ ਕਿਸੇ ਦਰਬਾਰ 'ਤੇ ਕਿਸੇ ਹੋਰ ਜਗ੍ਹਾ 'ਤੇ ਬੈਠੇ ਵਾ ਗੀਬਤ ਕਰ ਰਿਹਾ ਵਾਂ ਚੁਗਲੀਆਂ ਬੋਲ ਰਿਹਾ ਹਾਂ ਵਾ ਝੂਠ ਪੇ ਬੋਲੇ ਵਾਂ ਹੋਰ ਦੁਨੀਆਂ ਨੇ ਸੌ ਨਿਜ਼ਾਮ ਸ਼ੈਤਾਨ ਨੇ ਸੰਗੀ ਬਣੇ ਵਾਂ ਕਮ ਅਜ਼ ਕਮ ਇਸ ਵਕਤ ਸਾਰੀਆਂ ਬੁਰਾਈਆਂ ਤੋਂ ਬਚੇ ਹੋਏ ਹਾਂ ਅੱਲਾਹ 'ਤੇ ਉਸਨੇ ਰਸੂਲ ਨਾਲ ਜ਼ਿਕਰ ਕਰ ਰਹੇ ਜੀ ਕਿਤਨਾ ਖੂਬਸੂਰਤ ਮਾਹੌਲ ਏ ਕਿਤਨਾ ਪਿਆਰਾ ਮਾਹੌਲ ਏ ਜੁਨਾਬੇ ਉਮਰ ਮੇਰੇ ਕਰੀਮ ਨਬੀ ਨੇ ਫਰਮਾਇਆ ਲੋਗੋ ਸਾਰੀ ਦੁਨੀਆ ਮੇਰੀ ਮੁਰੀਦ ਏ ਪਰ ਉਮਰ ਮੇਰਾ ਮੁਰੀਦ ਵੀ ਏ ਨਾਲੇ ਮੁਹੰਮਦ ਕਰੀਮ ਦੀ ਮੁਰਾਦ ਵੀ ਏ ਮੇਰੇ ਬਾਅਦ ਅੱਲਾ ਨੇ ਨਬੂਵਤ ਦਾ ਦਰਵਾਜ਼ਾ ਬੰਦ ਕਰ ਦਿੱਤੇ ਕੋਈ ਨਬੀ ਨਹੀਂ ਆਏਗਾ ਹਾਂ ਅਗਰ ਮੇਰੇ ਬਾਅਦ ਵੀ ਕੋਈ ਨਬੀ ਆਉਣਾ ਮਕਸੂਦ ਹੋਵੇ ਆ ਮੇਰਾ ਉਮਰ ਹੋਵੇ ਆ ਉਮਰ ਹੋਵੇ ਆ ਸਾਰੀ ਦੁਨੀਆ ਸ਼ੈਤਾਨ ਕੋਲੋਂ ਡਰਦੀ ਏ ਪਰ ਜਿਸ ਗਲੀ ਚੋਂ ਮੇਰਾ ਉਮਰ ਆ ਰਿਹਾ ਹੋਵੇ ਸ਼ੈਤਾਨ ਵੀ ਗਲੀ ਛੋੜ ਦਿੰਦੇ ਉਮਰ ਉਮਰ ਕੁਰਬਾਨ ਜਵਾਂ ਫਰਮਾਨ ਨੇ ਲੋਗੋ ਨੇ ਇਸਲਾਮ ਨੂੰ ਜ਼ਿੰਦਾ ਕੀਤਾ ਜਿਹਨੇ ਨਬੀ ਦੇ ਮੀਲਾਦ ਵਿੱਚ ਹਿੱਸੇਦਾਰੀ ਕੀਤੀ ਏ ਇਧਰ ਉਸਮਾਨ ਨੇ ਉਹ ਉਸਮਾਨ ਜਿਹੜੇ ਸੈਯਦਨਾ ਸਿੱਦੀਕ ਅਕਬਰ ਰਜ਼ੀ ਅੱਲਾਹੁ ਤਾਲਾ ਨੂੰ ਦੇ ਦੋਸਤ ਨੇ ਬਚਪਨ ਦੇ ਜੀ ਇਹ ਜਿਹੇ ਸੰਗੀ ਹੋਣੇ ਚਾਹੀਦੇ ਨੇ ਇਹ ਉਜੈ ਯਾਰ ਹੋਣੇ ਚਾਹੀਦੇ ਨੇ ਇਹ ਉਜੈ ਦਿਲਦਾਰ ਹੋਣੇ ਚਾਹੀਦੇ ਨੇ ਪਿਆਰੇ ਅਬੂ ਬਕਰ ਸਿੱਦੀਕ ਨੇ ਫਰਮਾਇਆ ਯਾਰ ਉਸਮਾਨ ਮੇਰਾ ਸੰਗੀ ਵੇ ਅਖੇ ਹਾਂ ਤੇਰਾ ਸੰਗੀ ਆ ਮੇਰੀ ਗੱਲ ਮੰਨੇਗਾ ਕਿਉਂ ਨਹੀਂ ਮੰਨਾਂਗਾ ਅਖੇ ਮੇਰਾ ਯਾਰ ਹੈ ਤਾਂ ਫਿਰ ਮੇਰੀ ਗੱਲ ਮੰਨਣਾ ਮੇਰੇ ਸੋਹਣੇ ਮੁਹੰਮਦ ਕਰੀਮ ਦਾ ਕਲਮਾ ਪੜ ਲੈ ਸੈਯਦਨਾ ਉਸਮਾਨ ਪਾਕਾਂ ਸੈਯਦਨਾ ਸਿੱਦੀਕ ਅਕਬਰ ਰਜ਼ੀ ਅੱਲਾਹੁ ਤਾਲਾ ਅਨਹੋ ਨੇ ਦਾਵਤ ਦਿੱਤੀ ਹੈ ਇਸਲਾਮ ਨੇ ਕਿਹੋ ਜਿਹੇ ਪਿਆਰੇ ਸੰਗੀ ਨੇ ਸੰਗਤ ਤੇ ਤਾਲਕ ਤੇ ਪਰੀ ਤੇ ਹਜ਼ਰਤ ਮੀਆਂ ਸਾਹਿਬ ਬੋਲਿਆ ਫਰਮਾਉਂਦ ਨੇ ਚੰਗੀ ਮੰਦੀ ਓਏ ਸਜਣਾ ਕੋਲੋਂ ਤੇ ਸਹਿਵਾਰੀ ਹੋ ਜਾਂਦੀ ਪਰ ਯਾਰ ਯਾਰਾਂ ਦਾ ਓਏ ਗਿੱਲਾ ਨਹੀਂ ਕਰੇ ਦੇ ਹੁੰਦੀ ਅਸਲ ਪ੍ਰੀਤ ਜਿਨ੍ਹਾਂ ਦੀ ਉੱਠ ਦਿਲਾ ਚੱਲ ਢੂੰਡਣ ਚਲੀਏ ਤੇ ਘਰ ਬੈਠਿਆਂ ਸੱਜਣ ਨਹੀਂ ਮਿਲਦੇ ਓਏ ਬਿਨ ਤਕਲੀਫੋਂ ਉਹ ਨਹੀਂ ਮਿਲੇ ਦੇ ਜਿਹੜੇ ਹੋਂਦੇ ਮਹਿਰਮ ਦਿਲਾਂ ਦੇ ਚੰਗਾ ਯਾਰ ਹੋਵੇ ਚੰਗਾ ਯਾਰ ਹੋਵੇ ਹਜ਼ਰਤ ਮੀਆਂ ਸਾਹਿਬ ਕਹਿੰਦੇ ਨੇ ਚਾਦਰ ਫਟੇ ਤੇ ਲੱਗੇ ਤਰੋ ਪਾ ਅੰਦਰ ਹੀ ਫਟੇ
की सीड़ा ओए जग रुसे ते होवे गुजारा पर सजना बाज की जीना हजरत उस्मान पाक अबू बकर सिद्दीक दी दावत ईमान लेके आए और उस्मान पाक कहंदे ने लोगो लोगो हया वाले शर्म वाले सखा वाले उस्मान कहंदे ने लोगो जिन्हें मेरे नबी दा मीलाद मनाए शराकत कीती है मेरे नजदीक उन्हें बदरो हुनैन भी शिरकत कीती है बदरो हुनैन बदर पहली जंग जिन्हां लोगां लड़िए अल्लाह दा करम उन्हां ते नज़ल फरमाया बदरो हुनैन विच हजरत मौला अली मुश्किल कुशा करम अल्लाह वजुल करीम कौन अली मेरे नबी ने फरमाया लोगो हक अली नाले अली हक नाले कुरान अली नाले अली कुरान नाले ओए लोगो अली दुनिया विच भी मेरा वीर है कयामत वाले दिन भी मेरा भिरा रवेगा ओए लोगो अली दा चेहरा तकना इबादत जिन्हें अली नू दुखाए उन्हें मैनू नाराज कीते जिन्हें मैनू नाराज कीते उन्हें अल्लाह नू नाराज कीते ओए लोगों जिदे सीने विच अली दा प्यार है मेरे नबी ने फरमाया के मोमिन नू अली नाल प्यार होवेगा मुनाफिक नू अली नाल बुग्ज होवेगा ओए लोगों जिदा मैं मौला उदा रब मौला जिदा रब मौला उदा मैं मौला गल मुक गई ये जिदा मैं मौला उदा अली मौला अली।